ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ, ਅੰਮ੍ਰਿਤਸਰ ਦੀ ਕੀ ਬਾਤ ਹੈ, ਹੁਣ ਤਾਂ ਪੂਰਾ ਰੌਣਕਾਂ ਲੱਗ ਗਈਆਂ ਸ਼ੁਰੂ ਹੋ ਗਈਆਂ ਹੋਣੀਆਂ ਜੀ। ਤਿਆਰੀਆਂ ਹੋ ਰਹੀਆਂ ਨੇ ਜੀ, ਪੂਰੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗ ਰਹੀਆਂ ਨੇ ਜੀ। ਚਲੋ ਜੀ, ਤਿਆਰੀਆਂ ਪੂਰੀਆਂ ਹੋ ਰਹੀਆਂ ਜੀ, ਪੂਰੀਆਂ ਲਿਸ਼ਕਾਇਆ ਜਾ ਰਿਹਾ ਵਾ, ਉਹਨਾਂ ਨੂੰ ਬਕਾਇਦਾ ਤੌਰ ਤੇ ਦੁਕਾਨ ਨੂੰ ਰੰਗ ਕੀਤਾ ਜਾ ਰਿਹਾ ਵਾ, ਰੋਗਨ ਕੀਤਾ ਜਾ ਰਿਹਾ ਵਾ, ਦਰਬਾਰ ਸਾਹਿਬ ਜੀ ਗ੍ਰਿਲਾਂ ਜਾਂ ਜਾਂਦੀਆਂ ਵਾ, ਬਕਾਇਦਾ ਤੌਰ ਤੇ ਨਵੇਂ ਜਿਹੜੇ ਉਹ ਸਮਾਨ ਪਰ ਪਾਇਆ ਜਾ ਰਿਹਾ ਵੀ ਵਿਕਣਾ ਜੀ, ਕਿਉਂਕਿ ਦੀਵਾਲੀ ਤੋਂ ਅਗਲੇ ਦਿਨ ਇੱਕ ਹੋਰ ਤਿਉਹਾਰ ਹੁੰਦਾ ਧਨੇਸਰ ਦਾ, ਉਹਦੇ ਤੇ ਵੀ ਫਿਰ ਲੋਕ ਪਰਚੇਜਿੰਗ ਕਰਦੇ, ਇਹ ਦੋ ਤਿਉਹਾਰ ਦੇ ਉੱਤੇ ਕਾਫੀ ਪਰਚੇਜਿੰਗ ਹੁੰਦੀ ਆ, ਲੇਕਿਨ ਇਸ ਵਾਰੀ ਇਹ ਹੋਇਆ ਕਿ ਐਤਕੀ ਪਟਾਕਾ ਫੈਕਟ, ਅੱਛਾ, ਪਟਾਕਾ ਵੇਚਣ ਵਾਲਿਆਂ ਨੂੰ ਸਿਰਫ 10 ਬੰਦਿਆਂ ਨੂੰ ਲੋਟਰੀ ਦਾ ਲਾਇਸੈਂਸ ਮਿਲਿਆ, ਸਿਰਫ 10। ਅੱਛਾ, ਪਟਾਕੇ ਜਿਹੜੇ ਸੀ ਕਾਫੀ ਵਿਕਦੇ ਸੀਗੇ, ਤਾਮਿਲਨਾਡੂ ਜਿਹੜਾ ਉਹ ਪਟਾਕਿਆਂ ਦੀ ਬੜੀ ਵੱਡੀ ਮਾਰਕੀਟ ਸੀ, ਅੱਛਾ, ਜਿਹਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਨੂੰ ਇਸ ਮਾਰਕੀਟ ਨੂੰ ਛੱਡ ਕੇ ਹੁਣ ਕਿਸੇ ਹੋਰ ਸੈਕਟਰ ਦੇ ਅਪਣਾ ਰਹੇ ਆ, ਜਿਹਨਾਂ ਨੂੰ ਨਹੀਂ ਮਿਲ ਰਹੀ ਉਹ ਲਾਗਲੇ ਸੂਬਿਆਂ ਚ ਜਾ ਰਹੇ ਨੇ। ਸਭ ਤੋਂ ਵੱਡੀ ਮਾਰਕੀਟ ਸੀ ਤੇ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਪਟਾਕਿਆਂ ਤੇ ਪਾਬੰਦੀ ਸਰਕਾਰ ਨੇ ਲਾਈ ਹੈ ਤੇ ਉਹਨਾਂ ਪਟਾਕਿਆਂ ਨੂੰ ਪਾਬੰਦੀ ਹਟਾਈ ਜਾਵੇ। ਉਹ ਬੰਬ ਬਣਾਉਂਦੇ ਸੀ, ਕਈ ਪ੍ਰਕਾਰ ਦੇ ਬਣਾਉਂਦੇ ਸੀ, ਕਈ ਵਾਰੀ ਬਲਾਸਟ ਹੋ ਜਾਂਦੇ ਸੀ ਕਿ ਬੰਦੇ ਵੀ ਮਰ ਜਾਂਦੇ ਸੀ। ਬਿਲਕੁਲ ਬਿਲਕੁਲ ਬਿਲਕੁਲ, ਲੇਕਿਨ ਫਿਰ ਵੀ ਉਸ ਇਸ ਧੰਦੇ ਨਾਲ ਜੁੜੇ ਲੋਕ ਜਿਹੜੇ ਉਹ ਕਾਫੀ ਹੱਦ ਤੱਕ ਬੇਰੁਜ਼ਗਾਰ ਹੋ ਗਏ ਨੇ। ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਕਹਿਤਾ ਵੀ ਸਿਰਫ ਗ੍ਰੀਨ ਪਟਾਕੇ ਚਲਾਏ ਜਾਣਗੇ। ਗ੍ਰੀਨ ਪਟਾਕੇ, ਇਹਦਾ ਮਤਲਬ ਕੀ ਭੱਟੀ ਸਾਹਿਬ? ਉਹਦਾ ਮਤਲਬ ਜੇ ਮਤਵਾ ਕੱਟ ਕਰਦੇ ਜੀ। ਓਕੇ, ਉਹ ਵੀ ਹੈਗੇ ਤਾਂ ਦੇ ਪਟਾਕੇ ਹੈਗੇ ਨੇ। ਹਾਂਜੀ ਹਾਂਜੀ ਹਾਂਜੀ, ਤੇ ਉਹ ਵੀ 8 ਤੋਂ ਲੈ ਕੇ 10 ਵਜੇ ਤੱਕ, ਜਿਹੜਾ ਇਹਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ। ਲੇਕਿਨ ਹਟਦੇ ਲੋਕ ਨਹੀਂ, ਫਿਰ ਵੀ ਅੱਜ ਤੇ ਦੀਵਾਲੀ ਦੂਰ ਆ, ਲੋਕਾਂ ਨੇ ਹੁਣੇ ਕੰਮ ਸ਼ੁਰੂ ਕਰਤਾ, 8-8 ਰੋਜ਼ ਹੁੰਦੀ ਰਾਤ। ਠੀਕ ਹੈ ਜੀ, ਆਲਰਾਈਟ। 905-813-1320 ਤੇ ਤੁਸੀਂ ਕੋਈ ਵੀ ਸਵਾਲ ਜਵਾਬ, ਹੁਣ ਭੱਟੀ ਸਾਹਿਬ ਸਾਡੇ ਨਾਲ ਹਾਜ਼ਰ ਨੇ ਜੀ, ਲਗਾਤਾਰ 20 ਮਿੰਟ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸੁੰਦਰ ਸ਼ਾਮ ਅਰੋੜਾ ਜੀ ਦੀ ਗੱਲਬਾਤ ਪਹਿਲਾਂ ਉੱਥੋਂ ਸ਼ੁਰੂ ਕਰੀਏ ਜੀ ਭੱਟੀ ਸਾਹਿਬ। ਆਪ ਬੈਲ ਮੁਝੇ ਮਾਰ ਜੀ, ਜਿਹੜਾ ਬੰਦਾ ਬਕਾਇਦਾ ਤੌਰ ਤੇ DSP ਜਿਹੜਾ ਮਨਮੋਹਨ ਸ਼ਰਮਾ ਦੇ ਘਰ ਜਾਂਦਾ ਵਾ ਤੇ ਬਾਹਰ ਉਹਨੂੰ ਫੋਨ ਕਰਦਾ ਜੀ ਆਪਣੇ ਘਰ ਦੀ ਲੋਕੇਸ਼ਨ ਦੱਸੋ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਜਦੋਂ ਉਹ ਮਿਲਣ ਦੀ ਗੱਲ ਕਰਦਾ, ਉਹ ਲੋਕੇਸ਼ਨ ਦੱਸਦਾ ਤੇ 5 ਮਿੰਟਾਂ ਬਾਅਦ ਉਹਦੇ ਘਰ ਚਲੇ ਜਾਂਦਾ ਵੀ ਤੁਹਾਡੇ ਨਾਲ ਪਰਿਵਾਰਕ ਗੱਲਾਂ ਕਰਨੀਆਂ। 10 ਕੁ ਮਿੰਟ ਕੋਈ ਪਰਿਵਾਰਕ ਗੱਲਾਂ ਹੁੰਦੀਆਂ ਤੇ ਮੁੜ ਕੇ ਉਹ ਕਹਿੰਦਾ, ਦੱਸੋ ਜੀ ਮੈਨੂੰ ਇਸ ਜਿਲੜ ਦੇ ਵਿੱਚ ਜਿਹੜੀ ਵਿਜੀਲੈਂਸ ਜਿਲਣ ਪਾਈ ਵੀ ਕੱਢਣ ਦਾ ਕੀ ਹਿਸਾਬ ਕਿਤਾਬ। ਉਹ ਕਹਿੰਦਾ ਤੁਸੀਂ ਕੀ ਹਿਸਾਬ ਕਿਤਾਬ ਚਾਹੁੰਦੇ ਹੋ, ਜੇ ਤੁਸੀਂ ਨਿਰਦੋਸ਼ ਹੋ ਤੇ ਤੁਸੀਂ ਘਰ ਨਹੀਂ ਚਲੋਗੇ, ਦੋਸ਼ੀ ਹੋ ਤੇ ਘਰ ਵੀ ਹੋ ਜੂ। ਕਹਿੰਦਾ ਨਹੀਂ, ਤੁਸੀਂ ਕੱਢ ਸਕਦੇ ਹੋ ਜਿਲਣ ਦੇ ਵਿੱਚ, ਦੱਸੋ ਕੱਢਣ ਦਾ ਕੀ ਲੈਂਦੇ ਹੋ ਤੁਸੀਂ। ਉਹ ਕਹਿੰਦਾ ਜੀ ਮੈਂ ਤੁਹਾਨੂੰ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਇਆ ਦੇ ਸਕਦਾ। ਉਹ ਕਹਿੰਦਾ ਠੀਕ ਹੈ, ਕੋਈ ਗੱਲ। ਉਹ ਚਲੇ ਜਾਂਦਾ ਵਾ, ਉਦੋਂ ਬਾਅਦ ਦੇ ਵਿੱਚ ਉਹ ਆਪਣੀ DGP ਨਾਲ ਗੱਲ ਕਰਦਾ, DGP ਮੁੱਖ ਮੰਤਰੀ ਨਾਲ ਗੱਲ ਕਰਦਾ ਵੀ ਉਹਨੇ ਟ੍ਰੈਪ ਚਲਾਏ ਨੇ। ਉੱਥੇ ਇੱਕ ਮਾਲ ਹੁੰਦਾ, ਮਾਲ ਦੇ ਬਾਰ ਮਨਾ ਲੈਂਦਾ ਤੇ ਉਹ ਬੈਗ ਚੁਕਾ ਕੇ 50 ਲੱਖ ਰੁਪਇਆ ਉਦੋਂ DSP ਨੂੰ ਦੇਣ ਵਾਸਤੇ। ਤੇ ਪਹਿਲਾਂ ਸਾਰਾ ਪ੍ਰੋਗਰਾਮ ਬਣਾਇਆ ਸੀ, 45 ਬੰਦਿਆਂ ਦਾ ਟ੍ਰੈਪ ਲਾਇਆ ਸੀ ਉਹਨੂੰ, ਇੱਕ ਬਜ਼ੁਰਗ ਨੂੰ ਫੜਨ ਵਾਸਤੇ 45 ਬੰਦੇ ਟ੍ਰੈਪ। ਚਲੋ ਤੁਸੀਂ ਫੜ ਲਿਆ ਆਪ, ਉਦਾਂ ਦੇਖ ਤੇ ਜਿਹੜੀ ਇਹਦੀ ਪੁੱਛ ਪੜਤਾਲ ਹੋ ਰਹੀ ਸੀ ਉਹ ਚ ਪਤਾ ਸਜ਼ਾ ਹੋਣੀ ਕਿ ਨਹੀਂ ਹੋਣੀ। ਹੁਣ ਜੇ ਮਾਲ ਵੀ ਫੜਿਆ ਗਿਆ, ਸਭ ਕੁਛ ਫੜਿਆ ਗਿਆ, ਤੇ ਫਿਰ ਲਗਭਗ ਤੁਹਾਨੂੰ ਪਤਾ ਸਜ਼ਾ ਚੰਗ ਵੱਧ ਜਾਂਦੇ ਆ। ਪਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ, ਇੱਕ ਕੇਂਦਰੀ ਮੰਤਰੀ ਸੁਖਰਾਮ ਹੁੰਦਾ ਸੀਗਾ, ਸੁਖਰਾਮ ਦੇ ਘਰ ਵੇੜ ਕੀਤਾ CBI ਨੇ ਤੇ ਉਹਦੇ ਜਿਹੜੇ ਸਰਾਣੇ ਸੀ ਉਹਨਾਂ ਚੋਂ ਨੋਟ ਫੜੇ ਗਏ, ਰੂਹ ਦੀ ਜਗ੍ਹਾ ਤੇ ਉੱਥੇ ਨੋਟਾਂ ਦੀਆਂ ਥੀਆਂ ਪਈਆਂ ਪਈਆਂ ਸੀ। ਬੇਲ ਉਹਨੂੰ ਵੀ ਮਿਲ ਗਈ ਸੀ ਬਾਅਦ ਦੇ ਵਿੱਚ, ਕੇਸ ਦਾ ਕੀ ਬਣਿਆ ਕੀ ਨਹੀਂ ਬਣਿਆ, ਮੇਰੇ ਕੋਲ ਸਜ਼ਾ ਹੋਈ ਸੀ, ਹਾਈ ਕੋਰਟ ਚਲੇ ਗਿਆ, ਉਹ ਸਸਪੈਂਡ ਹੋ ਗਈ, ਉਸ ਤੋਂ ਬਾਅਦ ਦੁਨੀਆਂ ਚਲਾ ਗਿਆ।
ਇਸ ਕਰਕੇ ਮੇਰਾ ਕਹਿਣ ਤੋਂ ਭਾਵ ਆ ਵੀ ਇਹ ਜਿਹੜੀ ਇਹ ਫੜਿਆ ਗਿਆ ਬੰਦਾ ਜਿੰਨਾ ਮਰਜ਼ੀ ਰੌਲਾ ਪਾਈ ਜਾਂਦੇ ਭਾਵੇਂ ਵੇਖੋ ਅੱਜ ਉੱਥੇ ਵੀ ਗਰਜੇ ਨੇ ਸਾਡੇ ਭਗਵੰਤ ਮਾਨ ਧੋਰੀ ਜਾ ਕੇ ਗੁਜਰਾਤ ਦੇ ਵਿੱਚ ਕਹਿੰਦੇ ਜੀ ਅਸੀਂ ਵੀ ਚੱਕ ਤੇ ਫੱਟੇ ਅਸੀਂ ਕਿਸੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਪਰ ਇਹ ਦੱਸ ਦਿਓ ਕਿ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਤੁਹਾਡੇ 8-9 ਬੰਦੇ ਫਸੇ ਨੇ ਇੱਕ ਨੀ ਫਸਿਆ ਸਤਿੰਦਰ ਜੈਨ ਤੁਹਾਡਾ ਮਨੀ ਲਾਂਡਰਿੰਗ ਦੇ ਵਿੱਚ ਅੱਜ NDR ਕੱਢ ਰਿਹਾ ਵਾ ਜੇਲ੍ਹ ਦੇ ਵਿੱਚ ਉਹਨੂੰ ਬੇਲ ਸ਼ਾਇਦ ਕੱਲ ਜਾਂ ਪਰਸੋਂ ਮਿਲਣ ਦੀ ਪੂਰੀ ਉਮੀਦ ਆ ਇੱਕ ਅਸੀਮ ਅਹਿਮਦ ਖਾਨ ਸੀਗਾ ਉਹ 6 ਲੱਖ ਰੁਪਇਆ ਰਿਸ਼ਵਤ ਲੈਂਦਾ ਫੜਿਆ ਗਿਆ ਸੀਗਾ ਜਤਿੰਦਰ ਤੋਮਰ ਸੀਗਾ ਜਿਹਦੀ ਡਿਗਰੀ ਫਰਜ਼ੀ ਪਾਈ ਗਈ ਸੀਗੀ ਸੰਦੀਪ ਕੁਮਾਰ ਸੀ ਉਹਨਾਂ ਦਾ ਜਿਹਦੇ ਤੇ ਰੇਪ ਦਾ ਕੇਸ ਦਰਜ ਹੋਇਆ ਸੀਗਾ ਤੇ ਵਿਜੇ ਸਿੰਗਲਾ ਪੰਜਾਬ ਦੀ ਜਿਹੜੇ ਰਿਸ਼ਵਤ ਕੇਸ ਕਿੰਨੇ ਫੜੇ ਅਜੇ ਤੱਕ ਨਾ ਉਹਨਾਂ ਦੀ ਵੀਡੀਓ ਤੇ ਨਾ ਉਹਨਾਂ ਦੀ ਆਡੀਓ ਕਿੰਨੇ ਵਿਖਾਈ ਨੀ ਗਈ ਕੀ ਕੇਸ ਕੀ ਨੀ ਕੀ ਸੀ ਉਹਦੇ ਵਿੱਚ ਸੋਮਨਾਥ ਭਾਰਤੀ ਇਹਨਾਂ ਦਾ ਸੀਗਾ ਜਿਹਦੀ ਪਤਨੀ ਨੂੰ ਕੁੱਟਮਾਰ ਦਾ ਜਿਹੜਾ ਕੇਸ ਸੀ ਉੱਤੇ ਦਰਜ ਹੋਇਆ ਸੀਗਾ ਅਮਾਨ ਉੱਲਾ ਖਾਨ ਸਾਲੇ ਦੀ ਪਤਨੀ ਨਾਲ ਛੇੜਛਾੜ ਕੀਤੀ ਤੇ ਉਹ ਮੁਕਦਮਾ ਦਰਜ ਹੋਇਆ ਸੀ ਪ੍ਰਕਾਸ਼ ਰਾਜ ਜਾਨਵੇਕਰ ਇੱਕ 53 ਸਾਲ ਦੀ ਮਹਿਲਾ ਨਾਲ ਬਸ ਲੁਕੀ ਕੀਤੀ ਸੀ ਤਾਇਰ ਹੁਸੈਨ ਅੰਕਿਤ IB ਹੱਤਿਆ ਕਾਂਡ ਚ ਫੜਿਆ ਵਾ ਤੇ ਜੇ ਤੁਸੀਂ ਅਜੇ ਵੀ ਕਹੀ ਜਾਂਦੇ ਹੋ ਤੇ ਅਸੀਂ ਬੜੇ ਸਾਫ਼ ਸੁਥਰੇ ਹਾਂ ਤੇ ਬਾਕੀ ਸਾਰੇ ਗੰਦੇ ਨੇ ਉਹਨਾਂ ਦੇ ਵਿੱਚ ਭ੍ਰਿਸ਼ਟ ਨੇ ਕਈ ਕੁਛ ਕਹਿੰਦੇ ਹੋ ਜੀ ਇਹਨਾਂ ਦਾ ਜਵਾਬ ਨਾਲ ਦੇ ਦਿਓ ਉੱਥੇ ਗੁਜਰਾਤ ਦੇ ਵਿੱਚ ਵੀ ਇਹਨਾਂ ਦਾ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ 9 ਕੇਸ ਮੈਂ ਗਿਣ ਕੇ ਸੁਣਾਤੇ ਜੇ ਲੋੜ ਪਵੇ ਤਾਂ ਹੋਰ ਵੀ ਗਿਣ ਸਕਦੇ ਹਾਂ ਫਿਰ ਤੁਸੀਂ ਮਾਫੀਆ ਜਿਹੜੀ ਛੁਪਾ ਕੇ ਰੱਖੀਆਂ ਬਿਕਰਮਜੀਤ ਸਿੰਘ ਮਜੀਠੀਆ ਤੋਂ ਮਾਫੀ ਤੁਸੀਂ ਜਾ ਕੇ ਲਿਖਤੀ ਬੰਦੋ ਹਲਫਿਆ ਦਿਨ ਦੇ ਮਾਫੀ ਮੰਗੀ ਕੋਰਟ ਦੇ ਵਿੱਚ ਤੁਸੀਂ ਅਰਨ ਜੇਤਲੀ ਕੋਲ ਮਾਫੀ ਮੰਗੀ ਫਿਰ ਬਕਾਇਦਾ ਤੌਰ ਤੇ ਗੜਕ ਦੇ ਘਰ ਜਾ ਕੇ ਮਾਫੀ ਮੰਗੀ ਤੁਸੀਂ ਉਹਦੀ ਫਰਾਕ ਲਈ ਵੇਖੋ ਕਹਿੰਦੇ ਕੇਜਰੀਵਾਲ ਸਾਹਿਬ ਬੈਠੋ ਪ੍ਰਸ਼ਾਦਾ ਛਕੋ ਆਪਾਂ ਲੰਚ ਕਰਦੇ ਹਾਂ ਵਾਹਿਗੁਰੂ ਛੱਡੋ ਕੋਈ ਗੱਲ ਨੀ ਕਹਾਣੀ ਖਤਮ ਇਹ ਆ ਤੁਹਾਡੀ ਔਕਾਤ ਇਹ ਆ ਤੁਸੀਂ ਕਰ ਰਹੇ ਜੋ ਕਰ ਰਹੇ ਹੋ ਪੰਜਾਬ ਦੇ ਜਿੰਨੇ ਵਾਅਦੇ ਕੀਤੇ ਸੀ ਕਿਹੜਾ ਪੂਰਾ ਕੀਤਾ ਤੁਸੀਂ ਕਿਹਾ ਸੀ ਕਿਸਾਨਾਂ ਨੂੰ ਝੋਨੇ ਦੀ ਬਕਾਇਦਾ ਤੌਰ ਤੇ 15 ਰੁਪਏ ਦੀ ਬਿਜਾਈ ਦੇ ਦਿੱਤਾ ਮੂੰਗੀ ਜਿਹੜੀ ਘੱਟ ਮੁੱਲ ਤੇ ਵਿਕੀ ਸੀ ਕੀ ਤੁਸੀਂ ਮੌਜ ਦਿੱਤਾ ਜਿਹੜੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਨੇ ਧਰਨਾ ਲਾ ਕੇ 55 ਕਰੋੜ ਰੁਪਏ ਸਰਕਾਰ ਕੋਲ ਮੁਆਵਜ਼ਾ ਲਿਆ ਸੀ ਇਹ ਚ 5 ਕਰੋੜ ਜਾਣਾ ਸੀ ਬਕਾਇਦਾ ਤੌਰ ਤੇ ਮਜ਼ਦੂਰਾਂ ਨੂੰ ਤੇ 50 ਕਰੋੜ ਕਿਸਾਨਾਂ ਨੂੰ ਉਹ 25 ਕਰੋੜ ਵੰਡਿਆ ਗਿਆ ਬਾਕੀ ਕਿੱਥੇ ਆ ਇਸ ਕਰਕੇ ਸ਼ਾਮ ਸੁੰਦਰ ਸੂਰਾਲਾ ਨੂੰ ਭਾਵੇਂ ਉਦੋਂ ਸਜ਼ਾ ਹੁੰਦੀ ਨਾ ਹੁੰਦੀ ਆਪ ਬੈਰ ਮੁਝੇ ਮਾਰਵਣੇ ਦੀ ਗੱਲ ਕੀਤੀ ਪਰ ਮੈਂ ਇੱਥੇ ਗੱਲ ਹੋਰ ਕਹੂੰਗਾ ਚਾਵਲਾ ਸਾਹਿਬ ਤੁਸੀਂ ਮੈਨੂੰ ਨੀ ਜਾਣਦੇ ਮੈਂ ਤੁਹਾਨੂੰ ਨੀ ਜਾਣਦਾ ਜੀ ਮੇਰੀ ਜ਼ਰੂਰਤ ਨੀ ਪੈਂਦੀ ਤੁਸੀਂ ਮੇਰੇ ਕੋਲ ਆ ਕੇ ਕਿਉਂ ਇਹੋ ਜਿਹੀ ਗੱਲ ਮੈਨੂੰ ਆਫਰ ਕਰੋ ਤੇ ਤੁਹਾਡੀ ਜ਼ਰੂਰਤ ਮੇਰੇ ਕੋਲ ਆ ਕੇ ਨੀ ਪਵੇ ਇਹਦਾ ਮਤਲਬ ਮਨਮੋਹਨ ਸ਼ਰਮਾ DSP ਨੇ ਇਹਦਾ ਕੋਈ ਪਹਿਲਾਂ ਲੈਣਾ ਦੇਣਾ ਹੋਊ ਪਹਿਲਾਂ ਕਹਾਣੀ ਵੀ ਹੋਊ ਜਦੋਂ ਮਨਿਸਟਰ ਹੋਊਗਾ ਤੇ ਇਸ ਚੀਜ਼ ਦੀ ਵੀ DGP ਸਾਹਿਬ ਪੜਤਾਲ ਕਰਾ ਲਿਓ ਕਿਤੇ ਤੇ ਮਨਮੋਹਨ ਸ਼ਰਮੇ ਦਾ ਵੀ ਰਿਕਾਰਡ ਮੈਨੂੰ ਬਹੁਤਾ ਸਾਫ਼ ਨਜ਼ਰ ਨਹੀਂ ਆਉਂਦਾ ਤੇ ਜੇ ਵਾਕਈ ਪਹਿਲਾਂ ਲੈਣਾ ਦੇਣਾ ਸੀਗਾ ਤੇ ਉਹਨੂੰ ਵੀ ਨਾਲ ਸਾਹਮਣੇ ਰੱਖ ਲਿਓ ਵੀ ਪਹਿਲਾਂ ਕੀ ਲੈਣਾ ਦੇਣਾ ਸੀ ਤੇ ਪਹਿਲਾਂ ਕੀ ਦਿੱਤਾ ਸੀ ਸ਼ਾਮ ਸੁੰਦਰ ਸ਼ਾਮ ਅਰੋੜਾ ਨੂੰ ਚਾਹੀਦਾ ਵਾ ਜੇ ਪਹਿਲਾਂ ਕੋਈ ਗੱਲਬਾਤ ਹੈਗੀ ਤੂੰ ਉਹ ਵੀ ਸਾਹਮਣੇ ਕੱਢ ਕੇ ਰੱਖ ਦੇ ਹੁਣ ਵੀ ਤੂੰ ਫਸ ਗਿਆ ਕਸੂਤਾ ਭਾਈ ਲੇਕਿਨ ਜੇ ਸੁਖਰਾਮ ਨੂੰ ਜਮਾਨਤ ਮਿਲ ਸਕਦੀ ਜਮਾਨਤ ਤੈਨੂੰ ਮਿਲ ਜਾਏਗੀ ਲੇਕਿਨ ਇਹ ਚੀਜ਼ ਆ ਕਿ ਆਪ ਬੈਲ ਮੁਝੇ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਆ ਉਹਦੇ ਨਾਲ ਕਈ ਪ੍ਰਕਾਰ ਦੀ ਜਿਹੜੀ ਆ ਉਹ ਤੇਰੇ ਦੀ ਮੁਸ਼ਕਲ ਨਾਲ ਖੜੀ ਹੋਣਗੀ ਜੀ 905-813-1320 ਹੁਣ ਟਾਈਮ ਤੁਹਾਡਾ ਜੀ ਤੁਸੀਂ ਹੁਣ ਆਪਣੇ ਵਿਚਾਰ ਔਨ ਦੀ ਏਅਰ ਰੱਖ ਸਕਦੇ ਹੋ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 905-813-1320 9058131320 ਤੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ ਜੀ ਨੰਬਰ ਡਾਇਲ ਕਰਕੇ ਆਓ ਫਿਰ ਹਰਪਾਲ ਸਿੰਘ ਚੀਮਾ ਜੀ ਦੀ ਗੱਲਬਾਤ ਕਰੀਏ ਹਰਪਾਲ ਸਿੰਘ ਚੀਮਾ ਨੂੰ ਮੋਗਾ ਦੀ ਅਦਾਲਤ ਨੇ 15 ਨਵੰਬਰ ਦੀ ਪੇਸ਼ੀ ਹੋਣ ਲਈ ਸੰਮਨ ਭੇਜੇ ਕਿਉਂ ਮੰਤਰੀ ਸਾਹਿਬ ਨੂੰ ਕਿਉਂ ਭੇਜੇ ਸੰਮਨ ਵੇਖੋ ਜੀ ਹਰਪਾਲ ਸਿੰਘ ਚੀਮਾ ਨੇ ਬਕਾਇਦਾ ਤੌਰ ਤੇ 350 ਕਰੋੜ ਰੁਪਏ ਦਾ ਕਾਂਗਰਸ ਦੇ ਸਾਬਕਾ MLA ਡਾਕਟਰ ਹਰਕਮਲ ਕੋਮਲ ਸੀਗਾ ਹਰਪਾਲ ਕੋਮਲ ਕੀ ਨਾਂ ਸੀ ਕਮਲ ਸੀ ਦਾ ਨਾਂ ਸੀ ਉਹਦਾ ਉਹਦੇ ਤੇ ਇਲਜ਼ਾਮ ਲਾਏ ਸੀ ਇਹ ਜਿਹੜੀ
ਬਕਾਇਦਾ ਤੌਰ ਤੇ ਇਥੋਂ ਹਾਈ ਵੀ ਨਿਕਲਿਆ, ਉਹਦੇ ਵਿੱਚ 350 ਰੁਪਏ ਦਾ ਘੁਟਾਲਾ ਉਹਨੇ ਕੀਤਾ। ਹਰਪਾਲ ਸਿੰਘ ਚੀਮਾ ਤੋਂ ਵਿਧਾਨ ਸਭਾ ਚ ਵਿਰੋਧੀ ਧਿਰ ਦਾ ਆਗੂ ਦਸ਼ਜੋਨ ਦੀ ਗੱਲ ਹੈ, ਉਹਨੇ ਬਕਾਇਦਾ ਤੌਰ ਤੇ ਇਹਨੂੰ ਨੋਟਿਸ ਭੇਜਿਆ, ਭਾਈ ਮੇਰੇ ਸਵਾਲ ਦਾ ਜਵਾਬ ਦਿਓ, ਜਿਹੜੇ ਤੁਸੀਂ ਇਲਜ਼ਾਮ ਲਾਇਆ ਉਹਨੂੰ ਸਾਬਤ ਕਰੋ, ਜੇ ਨਹੀਂ ਸਾਬਤ ਕਰਦੇ ਤੇ ਮੈਨੂੰ ਆਪਣੀ ਕਾਨੂੰਨੀ ਕਾਰਵਾਈ ਹੋਰ ਕਰਨੀ ਪਊਗੀ। ਇਹਨਾਂ ਨੇ ਜਿਹੜਾ ਸੀ ਉਹਦਾ ਜਿਹੜਾ ਸੀ ਜਵਾਬ ਨਹੀਂ ਦਿੱਤਾ, ਉਹ ਫਿਰ ਅਦਾਲਤ ਚਲੇ ਗਈ। ਅਦਾਲਤ ਦੇ ਵਿੱਚ ਕੇਸ ਕਰਤਾ ਉਹਦੇ ਖਿਲਾਫ। ਹੁਣ ਮੈਂ ਤੋਂ ਪਹਿਲਾਂ ਕਹਿਤਾ ਮਾਫੀਆ ਇੰਨਾ ਪਹਿਲਾਂ ਛੁਪਾ ਕੇ ਰੱਖੀ ਹੈ। 16 ਨਵੰਬਰ ਨੂੰ ਬਕਾਇਦਾ ਤੌਰ ਤੇ ਜਿਹੜੀ ਕੋਰਟ ਆ ਮੋਗੇ ਦੀ, ਉਹਨੇ ਸਾਡੇ ਵਿੱਤ ਮੰਤਰੀ ਸਾਨੂੰ ਤਲਬ ਕਰ ਲਿਆ ਉੱਥੇ, ਆ ਕੇ ਜਵਾਬ ਦਿਓ ਇਸ ਕੇਸ ਦੇ ਵਿੱਚ ਜੀ। ਹਰਪਾਲ ਸਿੰਘ ਚੀਮਾ ਕੋਲੇ ਕੋਈ ਜਵਾਬ ਹੋਵੇ ਜਾਂ ਨਾ ਹੋਵੇ, ਲੇਕਿਨ ਮਾਫ਼ੀ ਤੇ ਜਿੱਦ ਚ ਗਈ ਹੈ ਨਾ ਜੀ ਜੀ ਜੀ, ਉਹ ਤੇ ਆਪਾਂ ਮੰਗ ਸਕਦੇ ਹਾਂ ਨਾ ਕਿ ਗਲਤੀ ਹੋ ਗਈ ਹੈ ਜੀ। ਜੇ ਇੰਨੀ ਕੁ ਸੋਰੀ ਕਹਿਣ ਨਾਲ ਆਪਣਾ ਮਾਮਲਾ ਹੱਲ ਹੁੰਦਾ ਤੇ ਕਿਉਂ ਨਾ ਕਰਾਂਗੇ ਆਪਾਂ, ਨਾਲੇ ਇਹ ਤੇ ਇਸ ਗੱਲ ਚ ਮੰਨੇ ਪਰ ਮੰਨੇ ਨੇ ਤੁਹਾਡੇ। ਮੈਂ ਪਹਿਲਾਂ ਦੱਸਤੀ ਤੁਹਾਨੂੰ ਗੱਲ ਤੇ ਕਿਹੜੀ ਕਿਹੜੀ ਮਾਫ਼ੀ ਪਹਿਲਾਂ ਮੰਗੀ, ਇਹ ਵੀ ਮੰਗ ਲੈਣੀ ਜੀ ਫਿਰ ਪੈਣ ਲੱਗਾ ਉੱਥੇ। ਲੇਕਿਨ ਕੋਈ ਵੀ ਕਿਸੇ ਦੇ ਦੋਸ਼ ਲਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਓ ਕੱਲ ਨੂੰ ਜਦੋਂ ਪੰਗਾ ਪਵੇਗਾ ਤਾਂ ਜਵਾਬ ਕੀ ਦੇਣਾ ਮੈਂ ਜੀ। 905-813-1320 ਹਰਿਆਣੇ ਦੀ ਇੱਕ ਫਰਮ ਨੇ ਬਕਾਇਦਾ ਤੌਰ ਤੇ ਉੱਥੇ ਸੀਰਪ ਭੇਜਿਆ ਖੰਘ ਦਾ, ਉਹ ਸੀਰਪ ਪੀ ਕੇ ਉੱਥੇ ਬੱਚੇ ਬਿਮਾਰ ਹੋ ਗਏ, ਬੱਚੇ ਬਿਮਾਰ ਦੇ ਵਿੱਚੋਂ 60 ਜਿਹੜੇ ਸੀ ਉਹ ਮਰ ਗਏ ਤੇ ਬਾਕੀ ਜਦੋਂ ਉਹਨਾਂ ਬਚਾ ਲਈ ਇੱਕ ਵੱਖਰੀ ਗੱਲ ਸੀਗੀ। ਉਹ ਸੀਰਪ ਦੇ ਵਿੱਚ ਜਿਹੜੀ ਗਲੈਸਿਨ ਪਾਉਂਦੇ ਉਹ ਮਹਿੰਗੀ ਪੈਂਦੀ ਤੇ ਹੋਰ ਰਸਾਇਣਕ ਪਦਾਰਥ ਪਾ ਕੇ ਉਹ ਬਣਾਈ ਜਾਂਦੀ ਹੁਣ ਕਿ ਵੱਧ ਪ੍ਰੋਫਿਟ ਲਿਆ ਜਾਵੇ ਉੱਥੋਂ। ਉੱਥੋਂ ਹੁਣ 41,000 ਰਾਇਲਸ ਵਾਪਸ ਆ ਰਹੀਆਂ ਨੇ, 41,000 ਰਾਇਲਸ। ਇਹਦੇ ਉੱਤੇ ਬਕਾਇਦਾ ਤੌਰ ਤੇ ਤਾਮਿਲਨਾਡੂ ਹਾਈ ਕੋਰਟ ਨੇ ਇਹ ਨੋਟਿਸ ਲਿਆ ਕਿ ਸਾਡੇ ਨੋਟਿਸ ਦੇ ਵਿੱਚ ਆਇਆ ਕਿ ਕੁਝ ਦਵਾਈਆਂ ਇਹੋ ਜਿਹੀਆਂ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਲੋਕਾਂ ਨੂੰ ਬਿਮਾਰ ਕਰਨ ਵਾਲੀਆਂ, ਉਹ ਟੈਸਟ ਕੀਤੀਆਂ ਜਾਂਦੀਆਂ ਨੇ। ਪਹਿਲਾਂ ਲੋਕਾਂ ਨੂੰ ਬਿਮਾਰ ਕਰੋ, ਮੁੜ ਕੇ ਹੋਰ ਦਵਾਈਆਂ ਕਰਕੇ ਠੀਕ ਕਰੋ। ਤੁਹਾਨੂੰ ਪਤਾ ਹੋਏਗਾ ਜਦੋਂ ਕੋਰੋਨਾ ਚੱਲਿਆ ਸੀ ਉਦੋਂ ਵੀ ਇਹੋ ਜਿਹੀਆਂ ਕਈ ਗੱਲਾਂ ਉੱਭਰੀਆਂ ਸੀ, ਲੇਕਿਨ ਸਾਡੇ ਕੋਈ ਸਬੂਤ ਨਹੀਂ ਅਸੀਂ ਗੱਲ ਕੀ ਹੈ। ਲੇਕਿਨ ਹੁਣ ਜੇ ਤਾਮਿਲਨਾਡੂ ਹਾਈ ਕੋਰਟ ਨੇ ਇਹ ਨੋਟਿਸ ਲਿਆ ਤੇ ਕਿਤੇ ਨਾ ਕਿਤੇ ਕਹਾਣੀ ਕੋਈ ਗੜਬੜ ਹੈਗੀ ਕਿ ਇਹ ਜਿਹੜੀਆਂ ਫੈਕਟਰੀਆਂ ਵਾਲੇ ਨੇ, ਫਾਰਮਾਸਿਟੀਕਲ ਵਾਲੇ ਨੇ, ਇਹ ਗੜਬੜ ਕਰਦੇ ਨੇ। ਇਸ ਸਾਲ ਦੇ ਵਿੱਚ ਹਿਮਾਚਲ ਦੇ ਵਿੱਚ 9 ਫੈਕਟਰੀਆਂ ਦੇ ਉੱਤੇ ਕੁਝ ਦਵਾਈਆਂ ਬਣਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ, 9 ਫੈਕਟਰੀ ਦੇ। ਤੁਹਾਨੂੰ ਪਤਾ ਹੋਏਗਾ ਜਿਹੜੇ ਮਜੀਠੇ ਦੇ ਦੋਸ਼ ਲੱਗਦੇ, ਕਥਾ ਦੋਸ਼ ਕਹਾਂਗੇ ਅਸੀਂ, ਵੀ ਇਹ ਡਰੱਗ ਵੇਚਦੇ ਸੀ। ਉਹ ਡਰੱਗ ਵੀ 40 ਦੀ ਇੱਕ ਫੈਕਟਰੀ ਹਿਮਾਚਲ ਦੇ ਬੱਦੀ ਚ ਲੱਗੀ ਸੀ ਜਿੱਥੇ ਉਹ ਡਰੱਗ ਤਿਆਰ ਕੀਤੀ ਜਾਂਦੀ ਸੀ। ਇਸ ਕਰਕੇ ਇਹ ਫੈਕਟਰੀਆਂ ਵਾਲੇ ਬੜਾ ਕੁਛ ਕਰਦੇ ਆ। ਅਸੀਂ ਕਹਿੰਦੇ ਤਾਮਿਲਨਾਡੂ ਹਾਈ ਕੋਰਟ ਜੇ ਨੋਟਿਸ ਲਿਆ ਤੇ ਇਹ ਸਖਤੀ ਦਾ ਨੋਟਿਸ ਲਵੇ। ਉਹਨਾਂ ਕਹਿਤਾ ਕਿ ਸਰਕਾਰ ਇਹਦੀ ਇਮੀਡੀਏਟਲੀ ਪੜਤਾਲ ਕਰਕੇ ਉਹਨੇ ਕੁਛ ਦਵਾਈਆਂ ਦੇ ਨਾਂ ਵੀ ਦੱਸੇ ਹੋਣਗੇ ਇਹ ਦਵਾਈਆਂ ਇਹਨਾਂ ਵਿੱਚ ਕਿਹੜੀ ਕਿਹੜੀ ਰਸਾਇਣ ਪਾਇਆ ਗਿਆ, ਕਿਹੜੀ ਕਿਹੜੀ ਕੰਪੋਜੀਸ਼ਨ, ਉਹ ਸਾਰੀ ਕੋਰਟ ਨੂੰ ਦੱਸੀ ਜਾਵੇ। ਜੇ ਇਹ ਗੱਲ ਸਹੀ ਆ ਤੇ ਮੈਂ ਸੁਣਦਾ ਮਾਨਵਤਾ ਦੇ ਦੁਸ਼ਮਣ ਨਾਲ ਜਿਹੜਾ ਸਲੂਕ ਆ ਉਹੀ ਕਰਨਾ ਚਾਹੀਦਾ ਵਾ ਜੋ ਉਹ ਮਾਨਵਤਾ ਨਾਲ ਕਰਦੇ। 905-813-1320 ਕਾਲਰ ਤੁਸੀਂ ਕਾਲ ਕਰ ਰਹੇ ਸੀ, ਦੁਬਾਰਾ ਕਾਲ ਕਰ ਲਓ ਜੀ ਤੁਹਾਡਾ ਕੋਈ ਸਵਾਲ ਜਵਾਬ ਹੋਵੇ। 905-813-1320 ਸਿਸੋਦੀਆ ਸਾਹਿਬ, ਇੱਕ ਵਾਰੀ ਫਿਰ ਤੋਂ CBI ਦੇ ਪੁੱਛ ਪੜਤਾਲ ਇੰਟਰੋਗੇਸ਼ਨ ਹੋਈ। ਕੇਜਰੀਵਾਲ ਨੇ ਇਹ ਵੀ ਬਿਆਨ ਕੀਤਾ ਕਿ ਸਤਿੰਦਰ ਜੈਨ ਅਤੇ ਸਿਸੋਦੀਆ ਸਾਹਿਬ ਭਗਤ ਸਿੰਘ ਦੇ ਅੱਜ ਦੇ ਵੇਖੋ ਸਿਸੋਦੀਆ ਕਿੱਥੇ ਰਾਮ ਰਾਮ ਤੇ ਕਿੱਥੇ ਟੈਂਟ ਹੈ। ਤੁਸੀਂ ਆਪਣੇ ਬੰਦੇ ਜਿਹੜੇ ਫੜੇ ਨੇ ਇਸ ਵੇਲੇ ਜੇ ਹਰਾਸਦੇ ਨੇ, ਇੱਕ ਦੀ ਪੁੱਛ ਪੜਤਾਲ ਹੋ ਰਹੀ, ਤੁਸੀਂ ਕਹਿੰਦੇ ਉਹਨੂੰ ਪਦਮ ਭੂਸ਼ਣ ਦਿੱਤਾ ਜਾਵੇ। ਇਹਨਾਂ ਬੜਾ ਕੰਮ ਕੀਤਾ। ਕੇਜਰੀਵਾਲ ਸਾਹਿਬ ਆਪਣੇ ਦਿੱਲੀ ਦੇ ਲੋਕਾਂ ਨੂੰ ਇਹ ਜ਼ਰੂਰ ਦੱਸ ਦਿਓ
ਤੁਸੀਂ ਕਹਿੰਦੇ ਸਕੂਲ ਬਣਾਏ, ਤੁਸੀਂ ਕਹਿੰਦੇ ਹਸਪੀਟਲ ਬਣਾਏ, ਚੰਗੀ ਗੱਲ ਕੀਤੀ ਹੈ। ਤੇ ਮੈਨੂੰ ਇਹ ਦੱਸ ਦਿਓ ਤੁਸੀਂ 8 ਸਾਲਾਂ ਦੇ ਵਿੱਚ ਅੱਜ ਤੱਕ ਕਿਹੜੀ ਕੋਈ ਵੱਡੀ ਇੰਡਸਟਰੀ ਲਾ ਕੇ ਜਾਂ ਕੋਈ ਵੱਡਾ ਕੋਈ ਹੋਰ ਤੁਸੀਂ ਕਾਰੋਬਾਰ ਕਰਕੇ ਲੋਕਾਂ ਨੂੰ ਰੁਜ਼ਗਾਰ ਦੱਸ ਦਿਓ ਕਿਹਨਾਂ ਦਿੱਤਾ। ਅੱਜ ਵੀ ਤੁਹਾਡੇ ਸਕੂਲਾਂ ਦਾ, ਦਿੱਲੀ ਦੇ ਸਕੂਲਾਂ ਦੇ ਰਿਜ਼ਲਟ ਜਿਹੜੇ ਆ ਉਹ ਪੰਜਾਬ ਦੇ ਸਕੂਲਾਂ ਨਾਲੋਂ ਵੀਕ ਆ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਜਦੋਂ ਪੰਜਾਬ ਦੇ ਬੱਚੇ ਫਸਟ ਆਏ ਸੀਗੇ ਤੇ ਕੈਪਟਨ ਨੇ ਆਪਣੀ ਪਿੱਠ ਆਪੇ ਥਾਪੜੀ ਸੀ, ਭਾਵੇਂ ਉਹ ਪ੍ਰਾਈਵੇਟ ਸਕੂਲਾਂ ਦੇ ਬੱਚੇ ਸੀਗੇ, ਸਰਕਾਰੀ ਸਕੂਲਾਂ ਦੇ ਨਹੀਂ, ਲੇਕਿਨ ਹੈ ਪੰਜਾਬ ਦੇ ਬੱਚੇ ਸੀ। ਪੰਜਾਬ ਐਜੂਕੇਸ਼ਨ ਦਿੱਤੀ ਜਾਂਦੀ ਤੇ ਫਿਰ ਹੀ ਬੱਚੇ ਫਸਟ ਆਏ ਨਾ। ਉਹ ਅਸੀਂ ਨੀ ਸੀ ਕਿਹਾ ਸਰਵੇ, ਉਹ ਨੈਸ਼ਨਲ ਏਜੰਸੀ ਨੇ ਸਰਵੇ ਕੀਤਾ ਸੀਗਾ, ਉਹ ਹਾਸਲ ਕਰਦੀ ਹੈ। 3 ਸਾਲ ਤੋਂ ਬੱਚੇ ਪੰਜਾਬ ਦੇ ਫਸਟ ਆ ਰਹੇ ਨੇ ਵਿੱਚ। ਤੇ ਕੇਜਰੀਵਾਲ ਸਾਹਿਬ ਇਹ ਦੱਸ ਦਿਓ ਥੋੜੇ ਜਿਹਾ ਲੋਕਾਂ ਨੂੰ ਕਿ ਕਿਹੜੀ ਤੁਸੀਂ ਵੱਡਾ ਕੰਮ ਕੀਤਾ, ਕੋਈ ਮਾਰਕੀਟ ਖੋਲੀ ਹੈ, ਕੋਈ ਵੱਡਾ ਇੰਡਸਟਰੀ ਲਾਈ ਹੈ, ਕੋਈ ਵੱਡਾ ਕਾਰੋਬਾਰ ਕੀਤਾ ਜਿਹਦੇ ਚ ਬੱਚਿਆਂ ਨੂੰ ਰੁਜ਼ਗਾਰ ਮਿਲਿਆ ਹੋਵੇ। ਕਿੰਨੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜੀ? ਬੱਚੇ ਤਾਂ ਤੁਹਾਡੇ ਸੜਕਾਂ ਤੇ ਬੈਠੇ ਨੇ, ਉੱਥੇ ਰੁਜ਼ਗਾਰ ਭਾਲਦੇ, ਤੇ ਤੁਸੀਂ ਕਹਿੰਦੇ ਇਹਨਾਂ ਕੰਮ ਬੜਾ ਕੀਤਾ, ਇਹਨੂੰ ਪਦਮ ਭੂਸ਼ਣ ਦਿੱਤਾ ਜਾਵੇ। ਇੱਕ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਅੰਦਰ, ਦੂਜਾ ਆਬਕਾਰੀ ਕੇਸ ਦੇ ਜਿਹੜੀ ਉਹਦੀ ਪੁੱਛ ਪੜਤਾਲ ਹੋ ਰਹੀ ਹੈ, ਕਿੰਨੀ ਵਾਰੀ ਪੁੱਛ ਪੜਤਾਲ ਹੋ ਗਈ ਹੈ। ਹੁਣ ਇਹ ਕਹਿੰਦੇ ਆ ਜੀ 25 ਰੈਲੀਆਂ ਨੂੰ ਸੰਬੋਧਨ ਕਰਨਾ ਸੀ ਇਹਨੇ ਸਿਸੋਦੀਆ ਨੇ ਜਾ ਕੇ ਉੱਥੇ ਜੀ ਗੁਜਰਾਤ ਦੇ ਵਿੱਚ, ਇਸ ਕਰਕੇ ਖਰਾਬ ਕੀਤਾ ਜਾਂਦਾ ਵਾ ਭਾਈ, ਲੈ ਜਾਓ ਮੈਨੂੰ ਹਰੀ ਕਰਦੇ ਆ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜੇ ਤੁਸੀਂ ਭਗਤ ਸਿੰਘ ਨਾਲ ਗੱਲ ਕਰਦੇ ਹੋ ਇਹ ਬਿਲਕੁਲ ਗਲਤ ਆ, ਇਹ ਤੁਲਨਾ ਬਰਦਾਸ਼ਤ ਨਹੀਂ ਕੀਤੀ ਜਾਊਗੀ। ਕੱਲ ਨੂੰ ਹੋ ਸਕਦਾ ਤੁਹਾਡੇ ਕੋਈ ਡੈਫਾਮੇਸ਼ਨ ਕੇਸ ਕੀਤਾ ਜਾਵੇ, ਕਿੱਥੇ ਭਗਤ ਸਿੰਘ, ਕਿੱਥੇ ਇਹ ਬੰਦੇ ਜਿਹੜੇ ਸੀ ਜੀ। ਬੜੇ ਸਾਡੇ ਨਾਲ ਕਾਲਰ ਨੇ ਲਾਈਨ ਤੇ, ਅਸੀਂ ਪਹਿਲੀ ਕਾਲ ਲੈ ਲਈਏ ਔਨ ਦੀ ਏਅਰ। ਸਤਿ ਸ੍ਰੀ ਅਕਾਲ ਕਾਲਰ। ਸਤਿ ਸ੍ਰੀ ਅਕਾਲ ਜੀ। ਜੀ ਭੱਟੀ ਸਾਹਿਬ, ਦੱਸਿਓ ਵੀ ਸੁਖਬੀਰ ਸਿੰਘ ਬਾਦਲ ਅੱਜ ਕੱਲ ਸਿੱਖ ਮੁੱਦੇ ਬੜੇ ਚੁੱਕਦੇ ਆ, ਵੀ ਇਹ ਸਿੱਖ ਕੌਮ ਨੂੰ ਮੂਰਖ ਬਣਾਉਣ ਚ ਕਾਮਯਾਬ ਹੋ ਜਾਣਗੇ ਜਾਂ ਨਹੀਂ, ਇਹ ਦੱਸਿਓ। 1997 ਦੀ ਮੈਂ ਤੁਹਾਨੂੰ ਆਪਣੇ ਹੱਡ ਵਿੱਚ ਦੱਸਾਂਗਾ ਤੁਹਾਡੇ ਵਿੱਚ ਜੀ। 1997 ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨੇ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਕੀਤਾ। ਕੀ ਕਿਹਾ ਸੀ? ਸਿੱਖਾਂ ਦੇ ਪੁੱਤ ਮਾਰੇ ਜਾ ਰਹੇ ਨੇ, ਸਾਡੀ ਸਰਕਾਰ ਬਣੀ, ਆਹ ਜਿਹੜੇ ਜਿਹੜੇ ਹੈਗੇ ਅਫਸਰ ਹੈਗੇ ਨਾ, ਇਹ ਫੜ ਕੇ ਅੰਦਰ ਦਿੱਤੇ ਜਾਣਗੇ, ਇਹਨਾਂ ਖਿਲਾਫ਼ ਮੁਕੱਦਮੇ ਦਰਜ ਕੀਤੇ ਜਾਣਗੇ, ਸਿੱਖ ਮੁੱਦੇ ਮਾਰੇ ਜਾਣਗੇ। ਚੰਡੀਗੜ੍ਹ ਪੰਜਾਬ ਦੀ ਮੰਗ ਕੀਤੀ ਗਈ ਸੀਗੀ, ਪੰਜਾਬੀ ਬੋਲਦੇ ਇਲਾਕੇ ਦੀ ਮੰਗ ਕੀਤੀ ਜਾਂਦੀ ਰਹੀ। ਲੇਕਿਨ ਜਦੋਂ ਸਰਕਾਰ ਬਣ ਗਈ, ਮੈਂ ਅਮਰ ਸਿੰਘ ਜਨਰਲ ਸੈਕਟਰੀ ਹੁੰਦੇ ਸੀ ਇੱਕ ਜ਼ਿਲ੍ਹੇ ਦੇ ਜੀ, ਮੈਂ ਕਿਹਾ ਜਥੇਦਾਰਾ ਤੇਰਾ ਬੜਾ ਤਜਰਬਾ ਵਾ, ਇਹ ਦੱਸ ਹੁਣ ਮਸਲੇ ਹੱਲ ਹੋ ਜਾਣਗੇ। ਕਹਿੰਦਾ ਜੇ ਮਸਲੇ ਹੋ ਗਏ ਮੁੜ ਕੇ ਸਰਕਾਰ ਨਹੀਂ ਬਣਾਉਣੀ, ਆਪਾਂ ਸਰਕਾਰ ਤਾਜ਼ੀ ਬਣੀ ਜੇ ਮੁੱਦੇ ਜਿੰਦਾ ਰਹਿਣਗੇ। ਮੈਂ ਅੱਗੇ ਵੀ ਗੱਲ ਕੀਤੀ ਸੀ, ਮੈਂ ਫਿਰ ਗੱਲ ਕਰ, ਪਾਣੀਆਂ ਦੇ ਮੁੱਦੇ ਤੇ ਜਦੋਂ ਡਿਸਾਈ ਨੇ ਦੋ ਮੁੱਖ ਮੰਤਰੀ ਬਣਾਏ ਹਰਿਆਣੇ ਦਾ ਤੇ ਪੰਜਾਬ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਵੀ ਲਾਲ ਨੂੰ ਨਕਸ਼ਾ ਰੱਖ ਕੇ ਉਹਨੇ ਚਿੱਟੇ ਲਫ਼ਜ਼ਾਂ ਚ ਕਹਿ ਦਿੱਤਾ ਸੀ ਦੇਵੀ ਲਾਲ ਨੂੰ, ਹਰਿਆਣੇ ਵਾਲੇ ਜਾ ਕੇ ਘਰ ਜਾ ਕੇ ਚੁੱਪ ਕਰਕੇ ਬਹਿ ਜਾਓ, ਫਿਰ ਰਿਪੇਰੀਅਨ ਕਾਨੂੰਨ ਦੇ ਅਨੁਸਾਰ ਤੁਹਾਡਾ ਕੋਈ ਹੱਕ ਨਹੀਂ ਬਣਦਾ। ਦਿੱਤੇ ਦੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਿਖਵਾ ਲੈਂਦੇ ਤੇ ਅੱਜ ਇਹ ਮੁੱਦੇ ਨਾ ਉੱਠਦੇ। ਲਿਖਵਾਇਆ ਕਿਉਂ ਨਹੀਂ ਸੀਗਾ? ਇਹ ਮੁੱਦੇ ਜਿੱਦਾਂ ਰਹਿਣ, ਇਸ ਕਰਕੇ ਜਦੋਂ ਵੀ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਸਿੱਖ ਮੁੱਦੇ ਯਾਦ ਆਉਂਦੇ ਆ, ਜਦੋਂ ਸੱਤਾ ਮਿਲ ਜਾਂਦੀ ਆ ਫਿਰ ਸਭ ਭੁੱਲ ਜਾਂਦੇ ਆ। ਇਸ ਕਰਕੇ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਮੁੱਦੇ ਰੱਖੇ ਜੀ, ਹੋਰ ਕੋਈ ਗੱਲ ਨਹੀਂ ਲੱਗਣ ਵਾਲੀ ਜੀ। ਜੀ ਬੜੀ ਸਾਹਿਬ, ਇੱਥੇ ਸਾਨੂੰ ਪਲੀਜ਼ ਹੁਣ ਆਗਿਆ ਦਿਓ ਜੀ, ਅਸੀਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹੁਣ ਮੁਲਾਕਾਤਾਂ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਬੜੀ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।